ਬੜੀ ਵਫਾ ਹੈ ਹੁਸੈਨ ਦੇ ਸਫੀਰ ਦੀ। ਮੈਂ ਦੋ ਵੈਣ ਕਰਦਾ, ਜ਼ਖਮੀ ਆਈ ਹੱਥ ਪਸੇ ਪੁਸ਼ਤ ਪਾਬੰਦ ਆਏ ਨੇ ਇਬਨ ਜ਼ਿਆਦ ਦੇ ਦਰਬਾਰ ਚ ਲੈ, ਹਰ ਕਿਸੇ ਸਲਾਮ ਕੀਤਾ ਏ ਮੁਸਲਿਮ ਸਲਾਮ ਨਹੀਂ ਕੀਤਾ, ਜ਼ਾਲਿਮਾ ਦੇ ਸਲਾਮ ਕਰ ਸਾਹਮਣੇ ਅਮੀਰ ਏ ਮੁਸਲਿਮਾ ਦੇ ਮਾਲੀ ਅਮੀਰ ਉਨ ਸਿਵਲ ਹੁਸੈਨ ਮੇਰਾ ਹਿੱਕਾ ਅਮੀਰ ਜਿਹੜਾ ਜ਼ੈਨਬ ਦਾ ਵੀਰ, ਮੈਂ ਹੁਸੈਨ ਦੇ ਇਲਾਵਾ ਕਿਸੇ ਦਾ ਸਲਾਮ ਨਹੀਂ ਕਰਦਾ, ਪੀਰ ਵਾਲਾ ਲਿਆ ਤੇਰੀ ਹਾਏ ਨਿਕਲੀਏ ਦਰਬਾਰ ਦੇ ਕੋਨੇ ਚੋ ਬੁਢੋਇਆ ਵੈਣਾ ਏ ਹੌਲੇ ਹੌਲੇ ਫਰਮਾਇਆ ਮੁਸਲਿਮ ਬਚਣਾ ਮੈਂ ਰਸੂਲ ਦੀ ਧੀਆ ਮੈਂ ਬਕੀਆ ਛੋੜਾਇਆ ਤੇਰੇ ਨਾਲ ਵਾਦਾ ਕਰੇਂਦੀਆ ਤੂੰ ਅਮੀਰ ਸਦੀ ਸੇ ਹੁਸੈਨ ਗਰੀਬ ਮਰਹਬਾ 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 ਬਲੋ ਬਾਬਾ ਕਿਸੇ ਗਮ ਮੈਂ ਜਾਏ ਨਾ ਆਏ ਕਿਸੇ ਗਮ ਮੈਂ ਜਾਏ ਨਾ ਆਏ ਯਜ਼ਾਦਾਰ ਤੂੰ ਅਮੀਰ ਸਦੀ ਸੇ ਹੁਸੈਨ ਗਰੀਬ ਸਦੀ ਸੀ। ਇੱਕ ਰਿਵਾਇਤ ਮੇਰੇ ਸਾਹਮਣੇ ਆ ਗਈ ਹੈ ਮੁਅਰਖ ਇਸ ਰਿਵਾਇਤ ਦਾ ਰਾਵੀ ਦਰਬਾਰ ਦਾ ਦਰਬਾਨ ਹੈ ਦਰਬਾਰੇ ਇਬਨ ਜ਼ਿਆਦ ਦਾ ਦਰਬਾਨ ਹੈ ਜਿਹੜਾ ਦਰਵਾਜ਼ੇ ਤੇ ਖਲੋਤਾ ਹੈ ਉਹ ਰਿਵਾਇਤ ਕਰਦਾ ਹੈ ਕਿ ਨੌਂ ਜ਼ਿਲਹਜ ਦੀ ਸ਼ਾਮ ਆਈ ਜਦੋਂ ਮੁਸਲਿਮ ਗ੍ਰਿਫਤਾਰ ਹੋ ਕੇ ਆਇਆ ਮੁਸਲਿਮ ਦੀ ਗਰਦਨ ਚ ਲੋਹੇ ਦੀ ਜ਼ੰਜੀਰ ਆ ਮੁਸਲਿਮ ਦੇ ਹੌਂਟ ਕੱਟੇ ਹੋਏ ਨੇ ਸਰ ਵਿੱਚੋਂ ਖੂਨ ਜਾ ਰਹੀ ਆ ਕੀ ਸੁਣ ਰਹੇ ਹੋ ਮੈਂ ਕੀ ਪੜ੍ਹ ਰਿਹਾ ਅਦੇ ਮਗਰ ਮੁਸਲਿਮ ਦਾ ਸਰ ਨਹੀਂ ਝੁਕਿਆ ਹੋਇਆ ਮੁਸਲਿਮ ਦਾ ਸਰ ਬੁਲਾਉਂਦਾ ਅੱਖਾਂ ਮੁਸਲਿਮ ਦੀਆਂ ਜਲਾਲ ਨਾਲ ਭਰੀਆਂ ਹੋਈਆਂ ਨੇ ਮੈਂ ਹਾਸ਼ਮੀ ਪਹਿਲੀ ਵਾਰੀ ਡਿਠਾ ਇਤਨੇ ਹੌਸਲੇ ਵਾਲਾ ਅਦੇ ਬਾਰਾਂ ਮੁਹਰਮ ਆਈ ਮੈਂ ਇੱਕ ਹੋਰ ਹਾਸ਼ਮੀ ਡਿਠਾ ਹੈ ਉਹਦੀ ਗਰਦਨ ਚ ਤੋਪਾ ਉਹਦੀ ਚਿੱਟੀ ਦਾੜੀ ਆ ਉਹਦੇ ਨਾਲ ਨਿੱਕਾ ਜਿਹਾ ਬੱਚਾ ਵੀ ਕਹਿਦਾ ਹਾਸ਼ਮੀ ਗਰਦਨ ਸਿੱਧੀ ਕਰਦਾ ਬੱਚਾ ਦਈ ਬਾਬਾ ਜੀ ਕਹੋ ਮੇਰੀਆਂ ਤਲੀਆਂ ਚਵੀ ਗਈਆਂ ਮੇਰੀ ਮਾਤਮੀ ਨਾਲ ਗੱਲ ਇਹ ਰਾਵੀ ਯਾਦ ਹੈ ਮਗਰ ਉਸ ਹਾਸ਼ਮੀ ਦਾ ਸਰ ਝੁਕਿਆ ਹੋਇਆ ਮੈਂ ਸੱਜਾ ਤੋਂ ਪੁੱਛਿਆ ਤੇਰਾ ਚਾਚਾ ਮਹੀਨੇ ਪਹਿਲੇ ਗ੍ਰਿਫਤਾਰ ਹੋ ਕੇ ਆਇਆ ਉਹਦਾ ਸਰ ਬੁਲਾਉਂਦਾ ਤੇਰਾ ਝੁਕਿਆ ਹੋਇਆ ਕਿਉਂ ਹੈ ਸੱਜਾ ਦਾ ਇਨਸਾਫ ਨਹੀਂ ਕੀਤਾ ਮੁਸਲਿਮ ਕੱਲਾ ਆਇਆ ਮੈਂ ਕੱਲਾ ਨਹੀਂ ਜ਼ੈਨਬ ਨਾਲ ਅਲੀ ਦੀਆਂ ਦੀਆਂ ਨਾਲ ਅਵਾਲ ਮਰਹਬਾ 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 ਹੱਥ ਖੋਲੋ ਅਜ਼ਾਦਾਰ ਜਿਹੜੇ ਅਕਬਰ ਦੇ ਮਾਤਮੀ ਬੈਠੇ ਹੋ ਹੱਥ ਖੋਲ ਕੇ ਅਜ਼ਾਦਾਰ ਅੱਲਾ ਗਵਾਹ ਹੈ ਮੇਰਾ ਅਜ਼ਾਦਾਰ ਦਰਬਾਰ ਚ ਲਾਇਆ ਇਹ ਕੱਲੂ ਸਾਹਿਬ ਦਾ ਜੁਮਲਾ ਹੈ ਗੁਲਾਮ ਹੈਦਰ ਕੱਲੂ ਸਾਹਿਬ ਦਾ ਉਹ ਪੜਦੇ ਹੁੰਦੇ ਆ ਵੈਸੇ ਦਾਰੁਲ ਅਮਾਰਾ ਤੁਸੀਂ ਇੱਥੋਂ ਹੀ ਸਮਝੋ ਕਿ ਦੋ ਮੰਜ਼ਿਲਾ ਮਕਾਨ ਆਈ ਦੋ ਮੰਜ਼ਿਲਾ ਮਕਾਨ ਵਿੱਚ ਕਿਤਨੀਆਂ ਸੀੜੀਆਂ ਹੋ ਸਨ ਔਰ ਇਸ ਵਕਤ ਦੀ ਇਸ ਨੌ ਦੀ ਤਾਮੀਰ ਵੀ ਨਹੀਂ ਹੈ ਮੈਂ ਪੁਰਾਣੀ ਗੱਲ ਪੇ ਕਰਦਾ ਕੱਲੂ ਸਾਹਿਬ ਦਾ ਜੁਮਲਾ ਹੈ ਉਹ ਪੜਦੇ ਹੁੰਦੇ ਆਏ ਕਮੋਬੇਸ਼ 200 ਸੀੜੀ ਆਈ ਹਾਏ ਕਮੋਬੇਸ਼ 200 ਸੀੜੀ ਆਈ ਕੋਈ ਸ਼ੀਆ ਐਸਾ ਨਾ ਹੋਵੇ ਜਿਹਦੀ ਹਾਏ ਨਾ ਨਿਕਲੇ ਅੱਲਾ ਜਾਣੇ ਕੌਣ ਬਰਦਾਸ਼ਤ ਕਰੇਗਾ ਮਰਹੂਮ ਪੜਦੇ ਹੁੰਦੇ ਆਏ ਕੋਈ ਸੀੜੀ ਨਾ ਆਈ ਜਿੱਥੇ ਮੁਸਲਿਮ ਦਾ ਮੱਥਾ ਨਾ ਲੱਗੇ ਮਰਹਬਾ 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 ਹਾਏ ਚੱਕਰ ਅਜ਼ਾਦਾਰ ਕੋਈ ਸੀੜੀ ਨਹੀਂ ਜਿੱਥੇ ਮੁਸਲਿਮ ਦਾ ਇੱਕੋ ਥੋੜਾ ਜਿਹਾ ਹੋਰ ਖੋਲੋ ਕੋਈ ਸੀੜੀ ਨਹੀਂ ਜਿੱਥੇ ਮੁਸਲਿਮ ਦਾ ਮੱਥਾ ਨਾ ਲੱਗਾ ਹੋਵੇ ਦੁਆ ਕਰ ਪੀਰ ਵਾਲਾ ਲਿਆ ਜਿਹਦੇ ਹੱਥ ਪੱਥੇ ਹੋਏ ਹੋਵੇ ਨਾ ਉਹਨੂੰ ਕੋਈ ਮੂੰਹ ਤੇ ਨਾ ਮਾਰੇ ਮੁਸਲਮਾਨਾਂ ਦੋ ਹਸਤੀਆਂ ਦੇ ਹੱਥ ਬੰਨ ਕੇ ਉਹਨਾਂ ਦੇ ਮੂੰਹ ਤੇ ਮਾਰਿਆ ਹੈ ਇੱਕ ਹੁਸੈਨ ਦੀ ਧੀਆ ਦੂਜਾ ਅਕੀਲ ਦਾ ਪੁੱਤਰਾ ਜਿਹਦਾ ਸਾਰੇ ਦੁੱਖ ਦਾ ਇਹ ਬੰਦਾ ਮਾਤਮ ਨਾ ਕਰੇ ਜਿਹੜਾ ਆਵੇ ਆ ਮੁਸਲਿਮ ਨੂੰ ਤਮਾਚਾ ਮਾਰਿਆ ਗਰੀਬ ਕਰਬਲਾ ਮੂੰਹ ਕਰਕੇ ਅਦਾਈ ਗਾਜ਼ੀ ਹੋਵੇ ਆ ਮਰਹਬਾ 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 ਲਖਵਰੀ ਬਾਬਾ ਲਖਵਰੀ ਬਾਬਾ ਤੇਰੇ ਸਿਰ ਦਾ ਮਾਤਮ ਕਬੂਲ ਹੋਵੇ ਅਜ਼ਾਦਾਰ ਰੁਕਈਆ ਦੇ ਬਖਤ ਨੂੰ ਪਹਿਰਾਉਂਦੇ ਹੋ ਦੁਆ ਕਰ ਰਿਹਾ ਕਿਸੇ ਗਮ ਵਿੱਚ ਆਏ ਨਾ ਅਜ਼ਾਦਾਰ ਮੁਖਦੀ ਹੈ ਮਜਲਿਸ ਮੈਂ ਇੱਕ ਦੋ ਵਹਿਣ ਕਰਕੇ ਮਿੰਬਰ ਸਈ ਅਜ਼ਾਦੇ ਦੇ ਹਵਾਲੇ ਪਿਆ ਕਰਦਾ ਫਿਰ ਵਾਹ ਨਾ ਲਿਆ ਮੇਰਾ ਅੱਲਾ ਗਵਾਹ ਹੈ ਇਬਨ ਜ਼ਿਆਦ ਆਖਾ ਦਾਰੁਲ ਅਮਾਰਾ ਦੀ ਛੱਤ ਲੈ ਜਾਓ ਬੁਕਰਾਨ ਬਿਨ ਹਮਰਾਨ ਦੀ ਤਲਵਾਰ ਬੁਲਾਉਂਦੇ ਇਸ ਹਰਾਮਜ਼ਾਦੇ ਖੱਬਾ ਹੱਥ ਮੁਹੰਮਦ ਇਬਰਾਹੀਮ ਦੇ ਬਾਬੇ ਦੇ ਹਵਾਲਾ ਚ ਪਾਇਆ ਵਕਤ ਦਾ ਅਲੀ ਆਈ ਵਕਤ ਦਾ ਅਲੀ ਆਈ ਮੁਸਲਮਾਨਾਂ ਧੋਖੇ ਨਾਲ ਮਾਰਿਆ ਬੁਕਰਾਨ ਦਾ ਵਾਲਾ ਵਿੱਚ ਹਾਥਾ ਇਦੋਂ ਇੱਕ ਮੰਜ਼ਲ ਤੇ ਹੁਸੈਨ ਮੁਸੱਲੇ ਤੇ ਪੱਗ ਖੁੱਲੀ ਹੋਈ ਹੈ ਮੁਸੱਲੇ ਤੇ ਪੱਗ ਹੁਸੈਨ ਦੀ ਖੁੱਲੀ ਹੋਈ ਹੈ ਹੁਸੈਨ ਰੋ ਰੋ ਕੇ ਪਿਆ ਦਾ ਉਹ ਮੈਂ ਸਦਕੇ ਕੱਲਾ ਪਿਆ ਮਰੀਨਾ
مرحبا مرحبا آخر تک ازادار میں صدقے کلہ پیا مرینا ہے غازی پہرہ تے ہاتھ لا کے آدھے مولا کون پیا مرینا ہے حسین فرمایا صبر کرے سے غازی آدھے وعدہ ہویا حسین آدھے آئے وے کون پیا مرینا ہے غازی نٹھائے تے عباس دی پاک کھول گئی ہے آدھے مولا ماد خالی ولن دا واسطہ ہی میں کوفے پہنچا حسین آدھے جنگ کرنا ہے آدھے جنگ نہیں کرنا میں مسلم دا سارے جھولی اچھ جھلسا حسین آدھے تھلے بازار در دیکھ غازی آدھے میں نٹھائے زہرا دے وال کھلے ہویا بی بی جھولی بنا کے آدھی آئی آلہے آمادی آئے مرحبا مرحبا بابا میں لکھوری آکھاں کسے غم میں جائے نہ یزدار مرحبا کسے غم میں چنہا یا یزدار تو رب ماتم قبول ہو جائے پاکستان دا مرکزی روڈ ہے اگر باہر حادثہ ہو جائے کسے دلاش پئی ہوئی ہوئے تو ان مجلس بھول جائے گی تسی اکھنا یار جنازے سارے آدھے سانجے ہو دے پہلے جنازہ چاہیے کوئی آگ سی چار پائی لیا ہو کوئی آگ سی پلنگ لیا ہو کوئی آگ سی چادر لیا ہو تسی پیار نال جنازہ چاہو گے چار پائی ترک ہو گے پھر شناخت کرو گے مسافر کون آتے کتھوں دا سارے ان پتہا اے علی دا دامادے اے حسین دا صفیرے انہا لاش زمین تے سٹیے چار پائی کوئی نا ظالم پہرہ ویچ رسیاں پائیاں جینا سار دکھ دائے بندہ ماتم نہ کرے انہا رسیاں پا کے لاش بازار ایس پھرائیے پچھے زہرہ دے وال کھلے ہویا رو کے آدھیا یہاں نہ مارو اے مار گیا مرحبا مرحبا میں لکھوری آکھاں زادار کسے غم میں جھائے نہ یا زادار کسے غم میں جھائے نہ یا زادار ایک چھیکڑی وین میرا اللہ گواہ یا زادارا لے گیا حسین دے سفیر دا سار انہا سار حسین دے سفیر دا دروازے نال لٹکایا ہے لیا قرآن رکھ میرے سار تے جتنا عرصہ مسلم دا سار دروازے دریا ہے کوفے دے بچیاں ساریاں کھیڑا چھوڑ دیا ہے میں غلط بڑا میں نرازی معاف نہ کرے تو ماتم نہ کرے تیرا اپنے نصیب ہے کیا کر دے ہیں چھولی پتھرہ دی بھر دے آئے مسلم دے سار کا لیا دے آئے ہر بچہ مسلم دے سار نو پتھر مرے نا آدھے آئے نا مارو اے حسین دا سفیر بارہ محرمہ علی جدھی کا کافلہ بازار چایا مسلم دے سر پرواز کیتا سجاد نو آدھے کیوں گھیلا سالوے دی